ਸਤਿ ਸ਼੍ਰੀ ਅਕਾਲ ਦੀਦੀ, ਹੋਰ ਕੀ ਹਾਲ ਚਾਲ ਹੈ? ਹਾਂਜੀ, ਮੇਰੇ ਜਵਾਈ ਤੁਸੀਂ ਗੱਲ ਹੀ ਨਾ ਪੁੱਛੋ, ਬੜਾ ਹੀ ਚੰਗਾ ਜੇ ਕਰਮ ਵਾਲਾ, ਪੈਸਾ ਵੀ ਖੁੱਲ੍ਹਾ ਕਮਾਉਂਦਾ ਅਤੇ ਸਾਰਿਆਂ ਨੂੰ ਜੀ ਜੀ ਕਰਦਾ, ਅਤੇ ਮੇਰੀ ਤਾਂ ਦੀਦੀ ਇੰਨੀ ਕਦਰ ਕਰਦਾ ਨਾ, ਤੁਹਾਨੂੰ ਮੈਂ ਕੀ ਦੱਸਾਂ। ਹੋਰ? ਹਾਂ ਹਾਂ, ਆਓ ਜ਼ਰੂਰ। ਠੀਕ ਹੈ, ਓਕੇ। ਸਤਿ ਸ਼੍ਰੀ ਅਕਾਲ ਦੀਦੀ। ਮੰਮੀ ਜੀ, ਕਿਹਦਾ ਫੋਨ ਸੀ? ਤੇਰੀ ਭੂਆ ਜੀ ਦਾ ਸੀ ਫੋਨ। ਮੰਮੀ ਜੀ ਕਿੰਨੇ ਚੰਗੇ ਨੇ ਨਾ, ਇਹ ਤੁਹਾਡੀ ਕਿੰਨੀ ਕੇਅਰ ਕਰਦੇ ਨੇ। ਧੀਏ, ਤੇਰੇ 'ਤੇ ਕਰਮ ਖੁੱਲ੍ਹ ਗਏ ਨੇ, ਬੜਾ ਚੰਗਾ ਮੁੰਡਾ ਮਿਲਿਆ ਤੁਹਾਨੂੰ, ਅੱਜ ਤਾਂ ਰੱਬ ਘਰ ਮੋਤੀ ਦਾਨ ਕੀਤੇ ਸੀ। ਨਾ ਦੇ ਕੋਈ ਕੰਮ ਟਾਈਮ ਸਿਰ ਕਰਦੀਆਂ, ਨਾ ਕੁਛ। ਸੋਨੀ! ਹਾਂਜੀ, ਆਵਾਜ਼ ਮਾਰੀ ਸੀ, ਦੱਸੋ। ਇੰਨੀ ਚੰਗੀ ਨਾ ਹੈ ਨਹੀਂ ਤੂੰ, ਕੀ ਕਰਦੀ ਪਈ ਸੀ? ਨਾ ਤਾਂ ਤੁਸੀਂ ਟਾਈਮ 'ਤੇ ਰੋਟੀ ਬਣਾਉਂਦੇ ਹੋ, ਅੱਜ ਨਾ ਆਖਰੀ ਵਾਰ ਕਹਿ ਰਹੇ ਹਾਂ, ਟਾਈਮ 'ਤੇ ਰੋਟੀ ਆਉਣੀ ਚਾਹੀਦੀ ਹੈ। ਸੋਰੀ, ਗਲਤੀ ਹੋ ਗਈ ਮੇਰੇ ਤੋਂ। ਅੱਜ ਤਾਂ ਹੋ ਗਈ ਆ, ਦੁਬਾਰਾ ਨਾ ਕਰਨੀ ਇਹੋ ਜਿਹੀ ਗਲਤੀ। ਅੱਗੇ ਤੋਂ ਧਿਆਨ ਰੱਖਾਂਗੀ। ਪੁੱਤ ਕੀ ਕਹਿੰਦਾ ਸੀ ਟਿੰਮੀ? ਕਿੰਨੀ ਉੱਚੀ ਉੱਚੀ ਬੋਲਦਾ ਪਿਆ ਸੀ। ਨਹੀਂ, ਕੁਛ ਨਹੀਂ ਹੋਇਆ ਮੰਮੀ, ਕੁਛ ਨਹੀਂ ਕਹਿੰਦੇ ਸੀ। ਚੱਲ ਠੀਕ ਹੈ ਪੁੱਤ। ਲੋ, ਆ ਗਈ ਰੋਟੀ ਬਸ। ਹਾਂਜੀ, ਕੋਈ ਸਲਾਹ ਸਲੂਤ ਅੱਗ ਲਾ ਲੈਣਾ ਸੀ, ਨਾਲ ਕੋਈ ਫੁਲਕਾ ਲਿਆ ਦੇਣਾ ਸੀ, ਕਿ ਹੁਣ ਮੈਂ ਘਰ ਜਵਾਈ ਹਾਂ ਅਤੇ ਮੇਰੀ ਕਦਰ ਨਹੀਂ ਕਰਨੀ ਹੁਣ? ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, 2 ਮਿੰਟ ਲੱਗਣੇ ਨੇ, ਮੈਂ ਹੁਣੇ ਫੁਲਕਾ ਬਣਾ ਕੇ ਲਿਆ ਦਿੰਦੀ ਹਾਂ। ਚੱਲ ਜਾ। ਨਾ ਸਾਲਾ ਘਿਓ ਅੱਗ ਲਾਇਆ। ਮਰਚ ਵੀ ਇੰਨੀ ਪਾਤੀ ਵਿੱਚ। ਸੋਨੀ! ਹਾਂਜੀ, ਤੈਨੂੰ ਅਕਲ ਨਹੀਂ ਹੈ? ਨਾ ਤੂੰ ਘਿਓ ਪਾ, ਮਰਚ ਇੰਨੀ ਪਾਈ ਹੈ, ਮਰਚ ਇੰਨੀ ਪਾਈ, ਮਰਚ ਇੰਨੀ ਪਾਈ, ਮਰਚ ਇੰਨੀ ਪਾਈ ਹੈ। ਕਰੇਂਗੀ ਕੀ ਗੱਲ ਓਏ, ਕਿੱਦਾਂ ਹਿੰਮਤ ਪੈ ਗਈ ਤੇਰਾ ਕੁੜੀ ਦਾ ਚੱਕਣ ਦੀ? ਮਾਤਾ, ਮੇਰੀ ਲਾਈਫ 'ਚ ਜ਼ਿਆਦਾ ਇੰਟਰਫੇਅਰ ਕਰਨ ਦੀ ਜ਼ਰੂਰਤ ਨਹੀਂ ਹੈ, ਆਪਣਾ ਜਾ ਕੇ ਕੰਮ ਕਰ। ਕਿੱਦਾਂ ਬੋਲਿਓ ਤੁਸੀਂ ਮੰਮੀ ਨਾਲ, ਕਿੱਦਾਂ ਧੱਕਾ ਮਾਰਦਾ ਤੁਸੀਂ ਮੰਮੀ ਨੂੰ? ਇੱਥੇ ਹੀ ਸਾਹ ਪੀ ਜਾਓ ਮਾਵਾਂ ਧੀਆਂ ਦੋਨੋਂ, ਆਵਾਜ਼ ਨਹੀਂ ਨਿਕਲਣੀ ਚਾਹੀਦੀ ਤੁਹਾਡੀ ਦੋਨਾਂ ਦੀ। ਸੋਨੇ ਪੁੱਤ, ਰੌਲਾ ਨਾ ਪਾਈ, ਬਾਹਰ ਕਿਸੇ ਕੇ ਬਿਲਕੁਲ ਗੱਲ ਨਾ ਕਰੀ ਕਿ ਸਾਡੇ ਨਾਲ ਟਿੰਮੀ ਲੜਦਾ, ਸਾਡੀ ਰਿਸ਼ਤੇਦਾਰੀ 'ਚ ਬੜੀ ਬੇਇੱਜ਼ਤੀ ਹੋ ਜਾਣੀ ਹੈ, ਉਹ ਮੈਂ ਨਾ ਰਿਸ਼ਤੇਦਾਰੀ 'ਚ ਸਿਫਤਾਂ ਹੀ ਬੜੀਆਂ ਕੀਤੀਆਂ ਨੇ। ਸਹੀ ਗੱਲ ਹੈ ਮੰਮੀ, ਤੇਰੇ ਘਰ ਵਾਲੇ ਦਾ ਸੁਭਾਅ ਨਾ ਬਿਲਕੁਲ ਨਹੀਂ ਚੰਗਾ, ਮੈਨੂੰ ਇਹ ਤਾਂ ਕੋਈ ਯਕੀਨ ਨਹੀਂ, ਹੁਣ ਜਿਹੜੀ ਜ਼ਮੀਨ ਹੈ ਨਾ ਉਹ ਸਾਰੀ ਮੈਂ ਤੇਰੇ ਨਾਂ ਕਰਵਾਉਣੀ ਹੈ। ਸੋਨੀ, ਇਹ ਲੈ ਪ੍ਰੋਪਰਟੀ ਦੇ ਕਾਗਜ਼, ਮੈਂ ਸਾਰੀ ਪ੍ਰੋਪਰਟੀ ਤੇਰੇ ਨਾਮ ਕਰਾ ਦਿੱਤੀ, ਅਤੇ ਇਹਨਾਂ ਨੂੰ ਸੰਭਾਲ ਕੇ ਰੱਖ ਲੈ। ਜ਼ਮੀਨ ਦੇ ਕਾਗਜ਼? ਅੱਛਾ ਜੀ, ਪ੍ਰੋਪਰਟੀ ਆਪਣੀ ਧੀ ਦੇ ਨਾਂ ਹੀ ਕਰਾਈ ਹੈ ਫਿਰ। ਸਾਰੇ ਐਵੇਂ ਕਹਿੰਦੇ ਨੇ, ਜਵਾਈ ਪੁੱਤਾਂ ਵਰਗਾ, ਜਵਾਈ ਪੁੱਤਾਂ ਵਰਗਾ। ਜ਼ਮੀਨ ਨਾਮ ਕਰਾਉਣੀ ਸੀ ਤਾਂ ਧੀ, ਤਾਂ ਜਵਾਈ ਯਾਦ ਨਹੀਂ ਆਇਆ।
ਆਏ ਆਏ ਹਾਏ ਇਹ ਕੀ ਕੀਤਾ ਜੇ ਹਾਏ ਕਿੰਨੀ ਸੱਟ ਲੱਗ ਗਈ ਏ ਕੁਛ ਨਹੀਂ ਆਇਆ ਮੈਂ ਕੱਪੜਾ ਲੈ ਕੇ ਆਈ ਓਹੋ ਕੀ ਹੋ ਗਿਆ ਹੈ ਕਿੱਦਾਂ ਲੱਗ ਗਈ ਕੁਛ ਨਹੀਂ ਆਇਆ ਬਸ ਉਹ ਗਲਾਸ ਜਿਹਾ ਟੁੱਟ ਗਿਆ ਸੀ ਉਹ ਕੁਛ ਨਹੀਂ ਐਡੀ ਫਿਕਰ ਨਾ ਕਰੋ ਕੋਈ ਨਹੀਂ ਜ਼ਿਆਦਾ ਨਹੀਂ ਲੱਗੀ ਜਾ ਸੋਨੇ ਫਟਾਫਟ ਡਾਕਟਰ ਨੂੰ ਬੁਲਾ ਕੇ ਲਿਆ ਟਾਂਕੇ ਟੁੰਕੇ ਲੈ ਗਿਆ ਡਾਕਟਰ ਆ ਜਲਦੀ ਜਾ ਲੈ ਪੁੱਤ ਉੱਠ ਜਾ ਮੈਂ ਦੋ ਚਲਦੀ ਪਾ ਕੇ ਲਿਆਈ ਹਾਂ ਪੀ ਲੈ ਓਹੋ ਇਹ ਗਰਮ ਹੈ ਇੱਥੇ ਹੀ ਰੱਖ ਦਿਓ ਬਾਅਦ 'ਚੋਂ ਪੀ ਲੈਂਦਾ ਠੰਡਾ ਹੁੰਦਾ ਬਹਿ ਜਾਓ ਯਾਰ ਮੇਰੀ ਕਿੰਨੀ ਕੇਅਰ ਕਰ ਰਹੀਆਂ ਨੇ ਔਰ ਮੈਂ ਇਹਨਾਂ ਦੇ ਨਾਲ ਕੀ ਵਰਤਾਵ ਕੀਤਾ ਗਲਤ ਕੀਤਾ ਮੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਮੰਮੀ ਉਸ ਦਿਨ ਮੈਂ ਤੁਹਾਨੂੰ ਧੱਕਾ ਮਾਰਤਾ ਸੋਨੀ ਦੇ ਹੱਥ ਚੱਕਤਾ ਤੁਹਾਨੂੰ ਦੋਨਾਂ ਨੂੰ ਸੌਰੀ ਮੈਂ ਬਹੁਤ ਗਲਤ ਕੀਤਾ ਮੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ ਸਾਡਾ ਅੱਜ ਦਾ ਮੈਸੇਜ ਘਰ ਜਵਾਈਆਂ ਵਾਸਤੇ ਜਿਹੜੇ ਘਰ ਜਵਾਈ ਰਹਿੰਦੇ ਨੇ ਦੇਖੋ ਤੁਹਾਡੇ ਜਿਹੜੇ ਸੱਸ ਸਹੁਰੇ ਨੇ ਉਹ ਤੁਹਾਡੇ ਮਾਂ ਬਾਪ ਨਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਮਾਂ ਬਾਪ ਵਾਲਾ ਪਿਆਰ ਦਿੰਦੇ ਨੇ ਹਰ ਸੁੱਖ ਸੁਵਿਧਾ ਦਿੰਦੇ ਨੇ ਹਰ ਗੱਲ ਸ਼ੇਅਰ ਕਰਦੇ ਨੇ ਅਤੇ ਇਸ ਲਈ ਤੁਹਾਡਾ ਵੀ ਫਰਜ਼ ਬਣਦਾ ਆਪਣੇ ਸੱਸ ਸਹੁਰੇ ਨੂੰ ਮਾਂ ਬਾਪ ਵਾਲਾ ਪਿਆਰ ਦਿਓ ਅਤੇ ਉਹਨਾਂ ਦੀ ਰਿਸਪੈਕਟ ਕਰੋ ਸਾਡਾ ਅੱਜ ਦਾ ਮੈਸੇਜ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਦੱਸਿਓ ਜ਼ਰੂਰ ਕੱਲ੍ਹ ਤੁਹਾਨੂੰ ਮਿਲਦੇ ਹਾਂ ਜੀ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਹੋਰ ਨਵੇਂ ਮੈਸੇਜ ਦੇ ਨਾਲ ਹੁਣ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ